ਪੰਥ ਨੂੰ ਵੀ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅਕਾਲ ਜੀ। ਸਤਿਗੁਰੂ ਜੀ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਰਤ ਸੇਵਕ ਕੇ ਤਹਾਂ ਤਹਾਂ ਉੱਠ ਧਾਵੇ, ਸੇਵਕ ਕੋ ਨਿਗਦੀ ਹੋਏ ਦਿਖਾਵੇ। ਟ੍ਰੇਨ ਚਲਾਉਣ ਦੀ ਵੀ ਪੇਸ਼ਕਸ਼ ਕੀਤੀ ਹੈ, ਕੀ ਸਮਝਦੇ ਹੋ ਵੀ ਚੱਲਣੀ ਚਾਹੀਦੀ ਹੈਗੀ ਆ? ਰੇਲਵੇ ਲਾਈਨ ਕਰਤਾਰਪੁਰ ਸਾਹਿਬ ਲਾਂਘੇ ਤੇ ਪਾਕਿਸਤਾਨ ਵੱਲੋਂ ਟ੍ਰੇਨ ਦੀ ਜਿਹੜੀ ਹੈਗੀ ਆ ਚਲਾਉਣ ਦੀ ਵੀ ਪੇਸ਼ਕਸ਼ ਕੀਤੀ ਗਈ ਹੈ, ਕੀ ਸਮਝਦੇ ਹੋ ਇਸ ਨੂੰ ਲੈ ਕੇ? ਕੀ ਉੱਥੇ ਪ੍ਰਧਾਨ ਮੰਤਰੀ ਜੀ ਉੱਥੇ ਐਲਾਨ ਕਰਕੇ ਆਏ ਹੈ ਕਿ ਸਾਰੇ ਹੁੰਦੇ ਹੁੰਦੇ ਕਰਤਾਰਪੁਰ ਤੱਕ ਟ੍ਰੇਨ ਵੀ ਚਲਾਈ ਜਾਏਗੀ, ਕਿਉਂਕਿ ਬਾਬਾ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ, ਉਹਨੂੰ ਮੁੱਖ ਰੱਖ ਕੇ ਆਪਣੇ ਮੋਦੀ ਸਾਹਿਬ ਨੇ ਐਲਾਨ ਕੀਤਾ ਹੋਇਆ ਕਿ ਅਸੀਂ ਸਾਰੇ ਪੰਜਾਂ ਤੱਕ ਤੋਂ ਚੱਲਦੇ ਹਾਂ, ਟ੍ਰੇਨ ਜਿਹੜੀ ਹੈ ਉਹ ਉੱਥੇ ਤੱਕ ਚੱਲੇਗੀ। ਜੀ ਪਾਕਿਸਤਾਨ ਨੇ ਕਿਹਾ ਜੀ ਪਾਕਿਸਤਾਨ, ਚਲੋ ਪਾਕਿਸਤਾਨ ਵੀ ਚਲਾਏ, ਚੰਗੀ ਗੱਲ ਹੈ, ਉਧਰ ਆਪਣੇ ਵੱਲੋਂ ਵੀ ਪੇਸ਼ਕਸ਼ ਹੈਗੀ ਜਾਨੀ? ਨਹੀਂ ਨਹੀਂ, ਪਾਕਿਸਤਾਨ ਵੀ ਸਾਰੀਆਂ ਸੰਗਤਾਂ ਉਧਰ ਰਹਿੰਦੀਆਂ ਜੀ, ਚਲਾ ਕੇ ਕਰਤਾਰਪੁਰ ਸਾਹਿਬ ਲੈ ਕੇ ਆਉਣ, ਸਾਡੀ ਇੱਕ ਤੇ ਗੁਰੂ ਘਰ ਦੀ ਮਹਾਨਤਾ ਵੀ ਬਣਦੀ ਹੈ, ਦੂਜਾ ਸਿੱਖਾਂ ਵਾਸਤੇ ਜਾਂ ਸ਼ਰਧਾਲੂਆਂ ਵਾਸਤੇ ਇੱਕ ਬਹੁਤ ਵੱਡੀ ਸਹੂਲਤ ਵੀ ਬਣਦੀ ਹੈ, ਬਹੁਤ ਅੱਛੀ ਗੱਲ ਹੈ ਜੀ। ਭਾਵੇਂ ਉਹ ਪਾਕਿਸਤਾਨ ਦੀ ਸਰਕਾਰ ਚਲਾਵੇ, ਭਾਵੇਂ ਭਾਰਤ ਸਰਕਾਰ ਦੀ ਚਲਾਵੇ, ਜਿੰਨੇ ਵੀ ਸਾਡੇ ਗੁਰਧਾਮਾਂ ਨੂੰ ਜੋੜਨ ਵਾਲੀਆਂ ਰਸਤੇ ਹੈ ਉਹ ਵੱਧ ਤੋਂ ਵੱਧ ਖੋਲ੍ਹੇ ਜਾ ਸਕਦੇ। ਤੁਸੀਂ ਵਿਰੋਧ ਵੀ ਕੀਤਾ ਸੀ, ਭਾਰਤੀ ਜਨਤਾ ਪਾਰਟੀ ਵੀ ਕਰ ਰਹੀ ਹੈ, ਦਖਲ ਅੰਦਾਜ਼ੀ ਕਰ ਰਹੀ ਹੈ ਧਾਰਮਿਕ ਮਸਲਿਆਂ ਦੇ ਵਿੱਚ, ਕੀ ਉਹਦਾ? ਦੇਖੋ, ਕਈ ਗੱਲਾਂ ਦੇ ਵਿੱਚ ਜਦੋਂ ਕਿਤੇ ਅਸੀਂ ਮਹਿਸੂਸ ਕਰਦੇ ਹਾਂ, ਸਾਡਾ ਫਰਜ਼ ਬਣਦਾ ਹੈ ਕਿ ਸਿੱਖਾਂ ਨਾਲ ਕਦੀ ਵੀ ਕੋਈ ਧੱਕਾ ਹੋਵੇ, ਸਾਡੇ ਗੁਰਧਾਮਾਂ ਨਾਲ ਹੋਵੇ, ਕਿਸੇ ਕਿਸਮ ਦੀ ਕੋਈ ਦਖਲਅੰਦਾਜ਼ੀ ਹੋਵੇ, ਤਾਂ ਅਸੀਂ ਸਰਕਾਰ ਦੀ ਉਸ ਕਾਰਵਾਈ ਨੂੰ ਰੋਕਣਾ ਹੁੰਦਾ। ਸੋ ਇਸ ਕਰਕੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਇੱਕ ਧਾਰਾ 11 ਸੀ ਜਿਹੜੀ 1956 ਦੇ ਐਕਟ ਵਿੱਚ, ਜੇ ਉਹਦੇ ਵਿੱਚ ਕੋਈ ਤਰਮੀਮ ਕੀਤੀ ਗਈ ਸੀ, ਉਹਦਾ ਅਸੀਂ ਵਿਰੋਧ ਕੀਤਾ ਕਿ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਹੈ ਉਹ ਬੋਰਡ ਦੇ ਮੈਂਬਰ ਚੁਣ ਕੇ ਆਉਂਦੇ ਆ, ਔਰ ਉਹਦੇ ਵਿੱਚੋਂ ਹੀ ਪ੍ਰਧਾਨ ਚੁਣਿਆ ਜਾਵੇ। ਉਹਨਾਂ ਨੇ ਕਿਉਂਕਿ ਲਗਾਤਾਰ 15 ਸਾਲ ਦੇ ਕਰੀਬ ਬੋਰਡ ਜਿਹੜਾ ਬੰਦ ਰਿਹਾ, ਉਹਦੀ ਪ੍ਰਧਾਨਗੀ ਦੀ ਚੋਣ ਨਹੀਂ ਹੋਈ, ਔਰ ਇਸੇ ਕਰਕੇ ਸੀ ਕਿ ਉੱਥੇ DGP ਲੱਗਾ ਰਿਹਾ, ਪਸੀਚਾ ਸਾਹਿਬ ਉੱਥੇ ਪ੍ਰਧਾਨ ਲੱਗੇ ਰਹੇ। ਅਤੇ ਜਦੋਂ ਤਾਰਾ ਸਿੰਘ ਜੀ ਨੂੰ ਲਾਇਆ ਸੀ ਪ੍ਰਧਾਨ, ਉਸ ਵੇਲੇ ਅਸੀਂ ਮਹਿਸੂਸ ਕੀਤਾ ਸੀ ਕਿ ਉਹ RSS ਨਾਲ ਸੰਬੰਧਿਤ ਸੀ, ਇਸ ਕਰਕੇ ਸਾਡੇ ਗੁਰਧਾਮਾਂ ਦੇ ਸੇਵਾ ਸੰਭਾਲ ਕੇਵਲ ਅਤੇ ਕੇਵਲ ਸਿੱਖ ਸੋਚ ਵਾਲੇ, ਸਿੱਖ ਕੌਮ ਵਾਲੇ ਔਰ ਸਿੱਖਾਂ ਦੀ ਮਰਿਆਦਾ ਵਿੱਚ ਰਹਿਣ ਵਾਲੇ ਹੀ ਜਿਹੜੇ ਸਿੱਖ ਪਰਪੱਕ ਹੈ, ਜੋ ਸੰਪੂਰਨ ਤੌਰ ਦੇ ਉੱਤੇ ਹਰ ਮਰਿਆਦਾ ਨੂੰ ਜਾਣਦੇ ਹੈ, ਉਹੀ ਸੇਵਾ ਸੰਭਾਲ ਕਰ ਸਕਦੇ ਹੈ, ਹੋਰ ਕਿਸੇ ਵੀ ਜਿਹੜਾ ਧਰਮ ਦਾ ਜਾਂ ਜਿਹੜਾ ਸਿੱਖੀ ਨਾਲ ਜਿਹਦਾ ਨਾਤਾ ਨਹੀਂ ਉਹ ਨਹੀਂ ਕਰ ਸਕਦੇ। ਇਸ ਕਰਕੇ ਸਾਡਾ ਕੰਮ ਸੀ, ਸਾਡਾ ਫਰਜ਼ ਹੈ, ਸਾਡੀ ਡਿਊਟੀ ਹੈ ਕਿ ਜਾ ਕੇ ਰਹਿਣਾ, ਔਰ ਇਹਨਾਂ ਹੋ ਰਹੀਆਂ ਬਦਨਿਸਬੀਆਂ ਨੂੰ ਅਸੀਂ, ਬੇਨਿਸਬੀਆਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਅਸੀਂ ਰੋਕਣਾ। ਅਤੇ ਮੈਂ ਧੰਨਵਾਦੀ ਹਾਂ ਉਹਨਾਂ ਦੀ, ਉਹਨਾਂ ਨੇ ਇੱਕਦਮ ਜਦੋਂ ਬਾਦਲ ਸਾਹਿਬ ਨੇ, ਸੁਖਬੀਰ ਜੀ ਨੇ ਦੱਸਿਆ ਜਾ ਕੇ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਇੱਕਦਮ ਉਸ ਕਾਰਵਾਈ ਨੂੰ ਰੋਕਿਆ ਔਰ ਬੰਦ ਕੀਤਾ ਕਿ ਇਹਨੂੰ ਖਤਮ ਕੀਤਾ ਜਾਵੇ। ਵੈਸੇ ਤਾਂ ਦੇਖਿਆ ਜਾਵੇ ਕਿ ਦੇਸ਼ ਦਾ ਜਾਂ ਸਮਾਜ ਦਾ ਅੱਧਾ ਹਿੱਸਾ ਔਰਤਾਂ, ਕੋਈ ਵੀ ਚੋਣ ਹੋਵੇ ਸ਼ੁਰੂ ਤੋਂ ਲੈ ਕੇ
ਇਹਦੇ 'ਚ ਬਰਾਬਰ ਦੀ ਭੂਮਿਕਾ ਔਰਤਾਂ ਨਿਭਾਉਂਦੀਆਂ ਰਹੀਆਂ। ਹੁਣ ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਔਰਤ ਸੁਚੇਤ ਹੋਈ ਹੈ, ਜਿੱਥੇ 50% ਸਰਪੰਚਾਂ, ਪੰਚਾਂ, ਕਾਰਪੋਰੇਸ਼ਨਾਂ, ਕਮੇਟੀਆਂ ਦੇ ਵਿੱਚ ਇਹਨਾਂ ਦੀ ਭਾਈਵਾਲੀ ਹੋਈ ਹੈ, ਅੱਜ ਔਰਤ ਜਿਹੜੀ ਹੈ ਰਾਜਨੀਤਿਕ ਤੌਰ 'ਤੇ ਅੱਗੇ ਹੋ ਕੇ ਤੁਰਨ ਲੱਗੀ ਹੈ। ਬਰਾਬਰੀ ਦਾ ਹਿੱਸਾ ਜਿੱਥੇ ਉਹਨਾਂ ਨੂੰ ਹੁਣ ਸੇਵਾਵਾਂ ਮਿਲੀਆਂ, ਉੱਥੇ ਨਾਲ ਨਾਲ ਜ਼ਿੰਮੇਵਾਰੀਆਂ ਵੀ ਬਰਾਬਰੀ ਦੀਆਂ ਕਰਨਗੀਆਂ। ਮੈਂ ਸਮਝਦੀ ਹਾਂ ਕਿ ਜਿੱਦਾਂ ਪਹਿਲਾਂ ਤਾਂ ਵੋਟ ਪਾਉਣ ਤੱਕ ਜਾਂ ਥੋੜ੍ਹੀ ਬਹੁਤ ਸਪੋਰਟ ਤੱਕ ਅੱਗੇ ਸੀ, ਹੁਣ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਅਗਾਂਹ ਵੱਧ ਕੇ ਬਰਾਬਰੀ ਦਾ ਅਧਿਕਾਰ ਜਿਹੜਾ ਉਹਨੂੰ ਮਿਲਿਆ, ਉਹਦੇ ਵਿੱਚ ਇਹ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਵੋਟਾਂ ਵੀ ਪਾਉਣਗੀਆਂ, ਪਾਉਣਗੀਆਂ ਵੀ ਅਤੇ ਵੱਡੀ ਭੂਮਿਕਾ ਨਿਭਾਉਣਗੀਆਂ, ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਜਿੱਦਾਂ ਕ੍ਰਾਂਤੀ ਆ ਜਾਂਦੀ ਹੈ ਨਾ, ਚੰਗੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਔਰ ਚੰਗੀ ਜਿਹੜੀ ਹੈ ਸੇਧ ਮਿਲੇਗੀ। ਦੇਖੋ ਸੀਟਾਂ ਅਜੇ ਤੱਕ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਵਿੱਚ ਤਾਂ ਕੋਈ ਰਿਜ਼ਰਵੇਸ਼ਨ ਨਹੀਂ, ਨਾ ਔਰਤਾਂ ਦੀ ਜੇ ਰਿਜ਼ਰਵੇਸ਼ਨ ਹੈ, ਨਾ ਕਿਸੇ ਕਿਸਮ ਦੀ ਇਹਨਾਂ ਨੂੰ ਕੋਈ ਭਾਗੀਵਾਲੀ। ਪਰ ਇੱਕ ਗੱਲ ਹੈ, ਅਸੀਂ ਹਮੇਸ਼ਾ ਹੀ ਮੰਗ ਰੱਖਦੇ ਹਾਂ ਕਿ ਜਿਹੜੀਆਂ ਯੋਗਤਾ ਰੱਖਦੀਆਂ ਹੋਣ, ਜਿਹਨਾਂ ਦੇ ਰਾਜਨੀਤਿਕ ਤੌਰ ਦੇ ਉੱਤੇ ਚੰਗੀ ਉਹਨਾਂ ਦੀ ਭੂਮਿਕਾ ਹੋਵੇ, ਉਹ ਚਾਹੁੰਦੀਆਂ ਹੋਣ, ਜੇ ਮੰਗ ਆਵੇ ਤਾਂ ਜ਼ਰੂਰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਤੁਸੀਂ ਪਰਸਨਲੀ ਕੀ ਸਮਝਦੇ ਹੋ, ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਲੋਕ ਸਭਾ ਦੀ? ਕਦੀ ਮੰਗੀ ਨੀ ਚੋਣ ਮੇਰੀ, ਮੇਰਾ ਸ਼ੌਕ ਜਿਹੜਾ ਉਹ ਤੇ ਸਟੇਟ ਲੈਵਲ ਤੇ ਪਾਰਟੀ ਕਹੇ ਤੁਹਾਨੂੰ ਜ਼ਿੰਮੇਵਾਰੀ ਦੇਵੇ। ਚਲੋ ਪਾਰਟੀ ਦੇ ਤੇ ਜੋ ਹੁਕਮ ਕਰਨੇ ਹੁੰਦੇ ਜੀ, ਉਹ ਹਰ ਵਰਕਰ ਨੇ ਮੰਨਣਾ ਹੁੰਦਾ। ਪਾਰਟੀ ਦਾ ਤੇ ਕੋਈ ਹੁਕਮ ਮੋੜਿਆ ਨਹੀਂ ਜਾ ਸਕਦਾ ਕਿਸੇ ਨੂੰ ਵੀ, ਕੋਈ ਵੀ ਨਹੀਂ ਪਰਨੀਤ ਕੌਰ ਦੇ ਮੁਕਾਬਲੇ ਤੁਹਾਨੂੰ ਜੇ ਖੜਾ ਕਰਨਾ ਚਾਹੇ ਪਾਰਟੀ ਦਾ। ਚਲੋ ਜੀ, ਪਰਨੀਤ ਕੌਰ ਦੇ ਮੁਕਾਬਲੇ ਤੇ ਪਟਿਆਲੇ 'ਚ ਬਹੁਤ ਸਾਰੇ ਸਾਡੀਆਂ ਬੀਬੀਆਂ ਹੋਣਗੀਆਂ, ਆਪੇ ਮੁਕਾਬਲਾ ਕਰ ਲੈਣਗੀਆਂ। ਬਾਕੀ ਪੰਜਾਬ ਦੇ ਵਿੱਚ ਇੱਕ ਬੀਬੀ ਤਿੰਨ ਚਾਰ ਪਾਰਟੀਆਂ ਇਕੱਠੀਆਂ ਹੋ ਕੇ ਜਿਹੜੀਆਂ ਮਹਾਗਠਜੋੜ ਵੜਦੀਆਂ, ਅਕਾਲੀ ਦਲ ਨੂੰ ਕਿੰਨੀ ਕੁ ਚੁਣੌਤੀ ਆਏਗੀ? ਜਿਹੜੀਆਂ ਪਹਿਲਾਂ ਹੀ ਪੰਜ ਛੇ ਇਕੱਠੀਆਂ ਹੋਣ ਡਈਆਂ ਤੇ ਉਹ ਜਿੱਦਾਂ ਗਿੱਦੜ ਇਕੱਠੇ ਹੋ ਜਾਂਦੇ, ਉਹੀ ਹਾਲ ਹੈ ਜੀ ਸਾਡੀ। ਸਾਨੂੰ ਕਾਹਦੀ ਚੁਣੌਤੀ ਹੈ? ਬਥੇਰੀਆਂ ਅੱਗੇ ਵੀ ਪਾਰਟੀਆਂ ਬਣਦੀਆਂ ਰਹੀਆਂ, ਅੱਗੇ ਥੋੜੀਆਂ ਪਾਰਟੀਆਂ ਬਣੀਆਂ। ਜੇ ਸ਼੍ਰੋਮਣੀ ਕਮੇਟੀ ਆਉਂਦੀ ਇਹ ਕਹਿੰਦੇ ਜੀ ਅਸੀਂ ਹੁਣ ਚੋਣਾਂ ਲੜਾਂਗੇ, ਇਹ ਤਾਂ ਸਦਾ ਹੀ ਲੜਦੇ ਆਏ, ਕਹਿੰਦੇ ਸ਼੍ਰੋਮਣੀ ਕਮੇਟੀ ਦੇ ਵਿੱਚ ਅਸੀਂ ਇਕੱਲੇ ਥੋੜ੍ਹੇ ਚੋਣ ਲੜਦੇ ਸ਼੍ਰੋਮਣੀ ਅਕਾਲੀ ਦਲ ਵਾਲੇ, ਹਮੇਸ਼ਾ ਦੂਜੀਆਂ ਪਾਰਟੀਆਂ ਸਾਡੇ ਮੁਕਾਬਲੇ ਤੇ ਬੰਦੇ ਖਿਲਾਰਦੀਆਂ, ਪਰ ਲੋਕ ਨੀ ਮੂੰਹ ਲਾਉਂਦੇ, ਲੋਕ ਉਹਨਾਂ ਨੂੰ ਚੁਣਦੇ ਆ ਜਿਹਨਾਂ ਦੇ ਉੱਤੇ ਉਹਨਾਂ ਨੂੰ ਆਸ ਹੈ ਕਿ ਚੰਗੇ ਪ੍ਰਬੰਧ ਕਰ ਸਕਦੇ ਆ, ਸੇਵਾ ਧਰਮ ਦੀ ਕਰ ਸਕਦੇ ਆ, ਧਾਰਮਿਕ ਸਥਾਨਾਂ ਦੀ ਕਰ ਸਕਦੇ ਆ, ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਆ। ਹਮੇਸ਼ਾ ਹੀ ਸਾਡੇ ਨਾਲ ਮੁਕਾਬਲਾ ਲੋਕ ਸਭਾ 'ਚ ਵੀ ਹੁੰਦਾ, ਪਾਰਲੀਆਂ ਵਿਧਾਨ ਸਭਾ 'ਚ ਵੀ ਹੁੰਦਾ, ਸਾਰੀਆਂ ਚੁਣਾਵਾਂ ਸਾਰੀਆਂ ਚੋਣਾਂ 'ਚ ਹੁੰਦਾ, ਸੋ ਇਸ ਕਰਕੇ ਕੋਈ ਨਵੀਂ ਗੱਲ ਥੋੜ੍ਹਾ। ਟਕਸਾਲੀ ਤੇ ਖਹਿਰਾ ਸਾਹਿਬ ਦਾ ਕੋਈ ਵਜੂਦ ਨਹੀਂ ਹੈਗਾ ਪੰਜਾਬ ਵਿੱਚ? ਤੁਸੀਂ ਹੁਣ ਖਹਿਰੇ ਨੂੰ ਟਕਸਾਲੀ ਸਮਝਦੇ ਹੋ? ਨਹੀਂ, ਟਕਸਾਲੀ ਅਕਾਲੀ ਦਲ ਵੱਖਰਾ ਹੈ, ਖਹਿਰਾ ਨਹੀਂ। ਉਹ ਟਕਸਾਲੀ ਅਕਾਲੀ ਦਲ ਨਾਂ ਰੱਖ ਲੈਣਾ ਵੱਖਰੀ ਗੱਲ ਹੈ, ਪਰ ਟਕਸਾਲੀ ਕੌਣ ਹੁੰਦਾ ਹੈ? ਜਿਹੜਾ ਮਰਦੇ ਦਮ ਤੱਕ ਆਪਣੀ ਪਾਰਟੀ ਵਿੱਚ ਸਾਰਾ ਜੀਵਨ ਗੁਜ਼ਾਰ ਜਾਵੇ, ਅਸਲੀ ਟਕਸਾਲੀ ਉਹਨੂੰ ਕਹਿੰਦੇ ਆ ਜਿਹੜਾ ਕੁਰਬਾਨੀਆਂ ਕਰ ਕਰਕੇ, ਵਾਧੇ ਘਾਟੇ ਚੱਲ ਕੇ, ਭੀੜਾਂ ਦੇ ਚੋਂ ਲੰਘ ਲੰਘ ਕੇ, ਚੁਣੌਤੀਆਂ ਦਾ ਮੁਕਾਬਲਾ ਕਰ ਕਰਕੇ ਆਪਣੀ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਵੀ ਕਰਨ ਤੇ ਪਾਰਟੀ ਦੀ ਸੇਵਾ ਵਿੱਚ ਉਹਦਾ ਆਨੰਦ ਵੀ ਲੈਣ। ਪਰ ਜਿਹਨਾਂ ਲੋਕਾਂ ਨੇ ਕੇਵਲ ਪਾਰਟੀ ਵਿੱਚ ਆਨੰਦ ਹੀ ਲਏ ਹੈ, MLA ਬਣੇ, ਮਿਨਿਸਟਰ ਬਣੇ, ਜਾਂ ਹੋ ਸਕਦਾ ਹੈ ਕਿ ਕੁਰਬਾਨੀਆਂ ਵਿੱਚ ਵੀ ਹਿੱਸੇ ਪਾਏ ਹੋਣ, ਪਰ ਜੇ ਅੱਜ ਨਹੀਂ ਹੈਗੇ, ਪਰ ਅੱਜ ਜੇ ਟਕਸਾਲੀ ਦਾ ਬਿੰਦੂ ਸਮਝ ਨਹੀਂ ਆਉਂਦੀ, ਟਕਸਾਲੀ ਕਿਹਨੂੰ ਕਹਿੰਦੇ ਤੁਸੀਂ? ਅਕਾਲੀ ਆਏ ਕਿ ਨਹੀਂ? ਨਹੀਂ, ਅਕਾਲੀ ਸੀ, ਪਰ ਉਹ ਆਪ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਗਏ ਜੀ। ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ, ਸਾਡੇ ਨਾਲ ਰਹੇ ਹੈ, ਸਾਡੇ ਸਾਥੀ ਰਹੇ ਹੈ, ਸਾਡੇ ਨਾਲ ਕੁਰਬਾਨੀਆਂ ਵੀ ਕੀਤੀਆਂ, ਸਰਕਾਰਾਂ ਵੀ ਚਲਾਈਆਂ। ਪਰ ਜਿਹੜੇ ਅੱਜ ਜੇ ਸਰਕਾਰ ਨਹੀਂ ਬਣੀ ਤੇ ਦੂਜਿਆਂ ਲੋਕਾਂ ਕੋਲੋਂ ਗੁੰਮਰਾਹ ਹੋ ਕੇ ਤੇ ਇਸ ਪਾਰਟੀ ਨੂੰ ਢਾਹ ਲਾਉਣ ਵਾਸਤੇ ਜਾਣ, ਮੈਂ ਸਮਝਦੀ ਉਹਨੂੰ ਟਕਸਾਲੀ ਨਹੀਂ ਕਿਹਾ ਜਾ ਸਕਦਾ। ਭਾਈ ਜਿਵੇਂ ਢੀਂਡਸਾ ਜੀ, ਪਰਮਪੁਰਾ ਜੀ ਜਾਂ ਹੋਰ ਇੱਕੋ ਇੱਕ ਨਿਸ਼ਾਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਧ ਰਹੇ ਹਨ, ਤੁਹਾਡਾ ਕੀ ਮੰਨਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਨਡਿਸਪਿਊਟਡ ਲੀਡਰ ਨੇ ਪਾਰਟੀ ਦੇ? ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਸਾਰੀ ਪਾਰਟੀ ਨੇ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ, ਸਰਬਸੰਮਤੀ ਨਾਲ ਬਕਾਇਦਾ ਚੋਣ ਹੋਈ, ਬਕਾਇਦਾ
ਜਦੋਂ ਅਸੀਂ ਹਰਿਮੰਦਰ ਸਾਹਿਬ ਸਮੁੰਦਰੀ ਹਾਲ ਦੇ ਵਿੱਚ ਚੋਣ ਹੋਈ, ਮੈਂ ਆਪ ਅਰਦਾਸ ਕੀਤੀ। ਸਾਡੇ ਉਹਨਾਂ ਨੇ ਅਰਦਾਸ ਵੀ ਸੀਗਾ, ਕਹਿਣ ਲੱਗੇ ਬੀਬੀਆਂ ਨੂੰ ਮਾਨ ਜਿਹੜਾ ਕਿ ਅਰਦਾਸ ਕਰੋ। ਅਰਦਾਸ ਕੀਤੀ, ਸਾਰਿਆਂ ਨੇ ਬ੍ਰਹਮਪੁਰਾ ਸਾਹਿਬ ਨੇ ਨਾਮ ਪੇਸ਼ ਕੀਤਾ, ਢੀਂਡਸਾ ਸਾਹਿਬ ਨੇ, ਸਾਰਿਆਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ। ਅੱਜ ਕੀ ਹੋਇਆ ਮੈਂ ਕੁਛ ਨਹੀਂ ਕਹਿਣਾ ਚਾਹੁੰਦੀ, ਕਿਉਂਕਿ ਸਾਡੇ ਸਾਥੀ ਨੇ, ਉਹ ਕੀ ਕਹਿੰਦੇ ਆ ਮੈਂ ਉਹਦੇ ਵਾਸਤੇ ਨਹੀਂ ਸੋਚਣਾ। ਮੈਂ ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਾਡੇ ਵੱਡੇ ਨੇ, ਸਾਡੇ ਸਤਿਕਾਰਯੋਗ ਹੈ, ਸਾਡੇ ਨਾਲ ਰਹੇ ਹੈ। ਅੱਜ ਅਸੀਂ ਉਹਨਾਂ ਨੂੰ ਮਾੜਾ ਕਹੀਏ ਬੁਰਾ ਕਹੀਏ, ਸਾਡੇ ਮੂੰਹ ਨਹੀਂ ਫੱਪਦਾ। ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੀ ਕਿ ਤੁਸੀਂ ਬਹੁਤ ਵੱਡੀਆਂ ਸੇਵਾਵਾਂ ਸ਼੍ਰੋਮਣੀ ਅਕਾਲੀ ਦਲ 'ਚ ਕੀਤੀਆਂ। ਅੱਜ ਜਿਸ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਸਭ ਤੋਂ ਵੱਡਾ ਰਾਜਨੀਤਿਕ ਗੁਰੂ ਮੰਨਦੇ ਰਹੇ ਹੋ, ਅਤੇ ਇਹ ਕਹਿੰਦੇ ਰਹੇ ਹੋ ਕਿ ਇਹ ਭੀਸ਼ਮ ਪਿਤਾਮਾ ਇਹ ਸਿਆਸਤ ਵਿੱਚ ਹੋਏ ਹੈ, ਉਹਦੇ ਵਰਗੇ ਤੁਸੀਂ ਸਤਿਕਾਰ ਦਿੰਦੇ ਰਹੇ ਹੋ, ਅਤੇ ਅੱਜ ਉਹਨਾਂ ਦੇ ਬਾਰੇ ਕੁਝ ਕਹਿਣਾ ਮੈਂ ਸਮਝਦੀ ਹੈ ਕਿ ਉਹਨਾਂ ਨੂੰ ਵੀ ਸੋਭਾ ਨਹੀਂ ਦਿੰਦਾ। ਖਹਿਰਾ ਸਾਹਿਬ ਕਹਿੰਦੇ ਜੀ ਬਠਿੰਡਾ ਤੋਂ ਮੈਂ ਬਹੁਤ ਵੱਡੀ ਲੀਡਰ ਨਾਲ ਜਿੱਤਣਾ ਹੈਗਾ, ਅਤੇ ਹਰਸਿਮਰਤ ਨੂੰ ਬਹੁਤ ਵੱਡੀ ਹਾਰ। 3 ਮਹੀਨੇ ਰਹਿ ਗਏ ਜੀ, ਤੁਹਾਨੂੰ ਕੀ ਲੱਗਦਾ ਜੀ ਜਮਾਨਤ ਜ਼ਬਤ ਕਰਾ ਕੇ ਆਏਗਾ ਜੀ? ਪਟਿਆਲਾ ਲੋਕ ਸਭਾ ਸੀਟ ਲਈ ਕੋਈ ਰਣਨੀਤੀ ਤਿਆਰ ਕਰੋਗੇ, ਕਿਉਂਕਿ ਅਕਾਲੀ ਦਲ ਹਮੇਸ਼ਾ ਇੱਥੋਂ ਜ਼ਿਆਦਾਤਰ ਹਾਰਦੀ ਆ ਰਹੀ ਹੈ? ਪਟਿਆਲੇ ਰਾਜਨੀਤੀ ਜਿਹੜੀ ਰਣਨੀਤੀ ਹੈ ਜੀ, ਸਾਡੇ ਪ੍ਰਧਾਨ ਸਾਹਿਬ ਬੈਠੇ ਨੇ, ਸਾਡੇ ਸਾਰੇ ਰਹੇ MLA ਸਾਹਿਬ ਬੈਠੇ ਨੇ, ਸਾਰੀ ਜਥੇਬੰਦੀ ਬੈਠੀ ਹੈ। ਇਹ ਸਾਰੀ ਫੀਡਬੈਕ ਦੇਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਨੂੰ, ਜਿੱਦਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਵੀ ਇਹ ਸਾਰੀ ਪਾਰਟੀ ਦੇ, ਕਿਉਂਕਿ ਸਾਡੀ ਡੀਸੈਂਟਰਲਾਈਜ਼ ਪਾਰਟੀ ਹੈ, ਜ਼ਿਲ੍ਹੇ ਪ੍ਰਧਾਨਾਂ ਨੂੰ ਵੀ ਪੁੱਛਿਆ ਜਾਂਦਾ, ਸਾਰੀ ਐਗਜੈਕਟਿਵ ਨੂੰ ਪੁੱਛਿਆ ਜਾਂਦਾ, ਸਾਰੀ ਵਰਕਿੰਗ ਕਮੇਟੀ ਨੂੰ ਪੁੱਛਿਆ ਜਾਂਦਾ, ਇਹ ਸਾਰੇ ਜੋ ਸਲਾਹ ਦੇਣਗੇ ਤੇ ਬਾਦਲ ਸਾਹਿਬ ਨੂੰ ਮਾਨ ਦੇਣਗੇ। ਲੇਕਿਨ ਗੱਲ ਇਹ ਜੀ, ਅਕਾਲੀ ਦਲ ਹਮੇਸ਼ਾ ਹਾਰਦਾ ਆਇਆ, ਇਹਦਾ ਕੀ ਕਾਰਨ ਹੁੰਦਾ? ਅਕਾਲੀ ਦਲ ਹਾਰਦਾ ਆ, ਜ਼ਿਆਦਾਤਰ ਹਾਰੇ 10 ਸਾਲ ਦੇ ਲਗਾਤਾਰ ਸਰਕਾਰ ਚਲਾਈ, ਅਕਾਲੀ ਦਲ ਨਾ ਹਾਰਦਾ ਕਿੱਥੋਂ ਆ ਗਿਆ? ਨਹੀਂ, ਪਟਿਆਲੇ ਦਾ ਸ਼ਿਆਲੇ ਦਾ ਪਟਿਆਲੇ ਦਾ ਚਲੋ ਦੇਖੋ, ਜਿੱਤਦੇ ਵੀ ਰਹੇ ਹੈ ਸਾਡੇ ਕੋਹਲੀ ਸਾਹਿਬ ਮਿਨਿਸਟਰ ਰਹੇ ਨੇ, ਟੌੜਾ ਸਾਹਿਬ ਮੇਰ ਸੇ ਟੌੜਾ ਹੋਰ ਇਹ ਸਾਰੇ, ਇਹ ਵੀ ਤਾਂ ਸਾਰੇ ਪਟਿਆਲੇ ਦੇ ਹੀ ਨੇ ਜਿਹੜੇ ਬੈਠੇ ਨਹੀਂ, ਇਹ ਜਿੰਨੇ ਬੈਠੇ ਆ ਜੀ, ਕੋਈ MLA ਰਿਹਾ, ਕੋਈ ਮਿਨਿਸਟਰ ਰਿਹਾ, ਸਾਰੇ ਚੰਦੂ ਮਾਜਾ ਇੱਥੋਂ ਦੇ ਪਟਿਆਲੇ ਦੇ ਹੀ ਨੇ, ਉਹ ਵੀ ਹੁਣ ਇਸ ਵੇਲੇ MP ਬਣੇ ਨੇ। ਇਹ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਵੀ ਸਦਾ ਹਾਰਦੇ ਰਹੇ, ਕਦੀ ਹਾਰਦੇ ਆ ਕਦੀ ਜਿੱਤਦੇ ਆ, ਇਹ ਤਾਂ ਰਾਜਨੀਤੀ ਦੇ ਵਿੱਚ ਹੁੰਦਾ ਹੀ ਹੈ, ਖਿਲਾੜੀਆਂ ਨੇ ਜਾਣਾ ਮੈਦਾਨ ਦੇ ਵਿੱਚ, ਕੋਈ ਜਿੱਤ ਜਾਣਾ ਕੋਈ ਹਾਰ ਜਾਣਾ। ਕਾਰਨ ਕੀ ਮੰਨਦੇ ਹੋ ਜੀ ਲਗਾਤਾਰ? ਰੱਖਣਾ ਸਾਹਿਬ ਕਾਰਨ ਇਹ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਇੱਥੇ ਰਹਿਣ ਵਾਲੇ। ਤੁਸੀਂ ਕੀ ਮੰਨਦੇ ਹੋ? ਮੈਂ ਤਾਂ ਜੀ ਨਹੀਂ ਮੰਨਦੀ ਇਸ ਗੱਲ ਨੂੰ ਕਿ ਅਕਾਲੀ ਦਲ ਕਦੀ ਇੱਥੋਂ ਲਗਾਤਾਰ ਹਾਰਦਾ ਹੋਵੇ, ਮੈਂ ਤਾਂ ਮੰਨਦੀ। ਥੈਂਕ ਯੂ ਜੀ, ਧੰਨਵਾਦ। ਹਾਂਜੀ, ਪਟਿਆਲੇ 'ਚ ਉਹਨਾਂ ਦਾ 7-8 ਤਰੀਕ ਕਿੱਥੇ ਕਿੱਥੇ ਜਾਣਗੇ ਤੁਹਾਡਾ ਬਰੀਫ ਕਰ, ਅਤੇ ਇੱਥੇ ਉਹਨਾਂ ਨੇ ਸਨੌਰ ਵੀ ਜਾਣਾ, ਅਤੇ ਪਟਿਆਲਾ ਟੂ 'ਚ ਵੀ ਜਾਣਾ, ਨਾਭ ਵੀ ਜਾਣਾ, ਪਤਲਾ ਵੀ ਜਾਣਾ, ਅਤੇ ਇੱਕ ਦਿਨ ਫਿਰ ਰੱਖਣਾ। ਸਾਰੇ ਟੋਟਲ ਜਿਹੜੀ ਕੰਸਟਰਕਸ਼ਨ ਸਾਰੀਆਂ ਕਵਰ ਕਰਨੀਆਂ ਨੇ, ਉਹਨਾਂ ਦਾ ਇੱਕ ਦਿਨ ਆ ਬਜਟ ਆਉਣ ਕਰਕੇ ਥੋੜ੍ਹਾ ਜਿਹਾ ਉੱਧਰ ਹੋ ਗਿਆ, ਇੱਕ ਦਿਨ ਕਰਕੇ ਸਾਡੇ 2 ਦਿਨ ਕੰਸਟਰਕਸ਼ਨ ਰਹਿ ਜਾਣਗੀਆਂ, ਅਤੇ ਉਹ ਅਗਲਾ ਦਿਨ ਕੋਈ ਨਾ ਰੱਖਣਾ। ਸਰ 2019 ਦੀ ਤਿਆਰੀ ਨੂੰ ਲੈ ਕੇ ਜੀ ਮੀਟਿੰਗਾਂ ਚੱਲਦੀਆਂ ਜਿਹੜੀਆਂ ਆਉਣਗੀਆਂ? ਤਿਆਰੀਆਂ ਤਾਂ ਹਮੇਸ਼ਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ, ਇਹ ਤਿਆਰ ਪਰ ਤਿਆਰ ਰਹਿੰਦਾ। ਤੁਸੀਂ ਬਾਦਲ ਸਾਹਿਬ ਜੀ ਕਦੇ ਸੁਣਿਆ ਹੋਣੀ ਗੱਲ ਕਿ ਹਮੇਸ਼ਾ ਜਿਹੜੇ ਫੌਜਾਂ ਨੇ ਉਹ ਲੜਾਈ ਦੇ ਲਈ ਤਾਂ ਤਿਆਰ ਰਹਿੰਦੀਆਂ ਨੇ? ਕੋਈ BJP ਨਾਲ ਆਦਾਨ ਪ੍ਰਦਾਨ ਟਿਕਟਾਂ ਦੀ ਹੋਵੇ ਪੰਜਾਬ, ਕੋਈ ਫਰਕ ਨਹੀਂ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੋਵੇਂ ਇਕੱਠੇ ਨੇ, ਕਿਤੇ ਦੋ ਭਰਾ ਵੀ ਥੋੜ੍ਹੇ ਬਹੁਤੇ ਗੁੱਸੇ ਹੁੰਦੇ ਨੇ, ਬੈਠ ਕੇ ਆਪਣਾ ਕਰ ਲੈਂਦੇ ਨੇ। ਸੋ 19 ਸੀਟਾਂ ਨੇ, ਨਾ ਸੀਟਾਂ ਵਧਣੀਆਂ ਨੇ ਨਾ ਘਟਣੀਆਂ ਨੇ, ਅਤੇ ਬੈਠ ਕੇ ਕੋਈ ਕੰਪਰੋਮਾਈਜ਼ ਕੋਈ ਸੀਟ ਵਧਣੀ ਹੋਵੇ ਹੋਰ ਉਹ ਬੈਠ ਕੇ ਫੈਸਲਾ ਕਰ ਲੈਣਗੇ। ਉਹ ਪ੍ਰਗਟ ਸਾਹਿਬ ਟੌੜਾ ਪਰਿਵਾਰ ਨਾਲ ਕੋਈ ਸੰਪਰਕ ਸਾਧਿਆ ਗਿਆ ਜੀ? ਬਿਲਕੁਲ, ਮੈਨੂੰ ਉਮੀਦ ਆ ਇਹ ਵਿਸ਼ਵਾਸ ਰਹਿੰਦਾ ਕਿ ਟੌੜਾ ਸਾਹਿਬ ਸ਼ਹੀਦ ਸਾਡੇ ਚੋਣ। ਠੀਕ ਹੈ ਜੀ, ਧੰਨਵਾਦ।